ਸਤਿ ਸ਼੍ਰੀ ਅਕਾਲ ਸਰ, ਮੇਰਾ ਨਾਮ ਅਮਨਪ੍ਰੀਤ ਕੌਰ, ਮੈਂ ਪਿੰਡ ਲਸਾੜਾ ਤੋਂ। ਸਰ, ਮੈਂ ਨਵਾਂਸ਼ਹਿਰ ITI ਗਰਾਊਂਡ ਤੋਂ ਬੋਲ ਰਹੀ ਹਾਂ। ਐਕਚੁਅਲੀ ਸਾਡੇ ਕੋਂਸਟੇਬਲ ਦੇ ਐਗਜ਼ਾਮ ਵਗੈਰਾ ਹੋਏ ਆ ਅਤੇ ਸਾਡੇ ਫਿਜ਼ੀਕਲ ਟ੍ਰਾਇਲ ਹੋ ਰਹੇ ਸੀਗੇ। ਉਹਨਾਂ ਨੇ ਸਾਡੀ ਲਿਸਟ ਵਗੈਰਾ ਪਾਈ ਹੋਈ, ਉਹਦੇ ਵਿੱਚ ਸਾਡੇ ਕੋਈ ਨੰਬਰ ਮੈਂਸ਼ਨ ਨਹੀਂ ਕੀਤੇ ਗਏ, ਜੋ ਕਿ ਸਾਨੂੰ ਆਪਣਾ ਰਿਜ਼ਲਟ ਚਾਹੀਦਾ ਹੈ। ਪਲੀਜ਼ ਰਿਕੁਐਸਟ ਹੈ, ਸਾਡਾ ਰਿਜ਼ਲਟ ਪਾਇਆ ਜਾਵੇ। ਜਿਨ੍ਹਾਂ ਬੱਚਿਆਂ ਨੂੰ ਬੁਲਾਇਆ ਵੀ ਗਿਆ ਆ, ਸਾਨੂੰ ਨਹੀਂ ਪਤਾ ਕਿ ਉਹਨਾਂ ਨੂੰ ਕਿਸ ਬੇਸ ਤੇ ਤੁਸੀਂ ਬੁਲਾਇਆ ਤੇ ਕਿਉਂ ਬੁਲਾਇਆ। ਮੰਨਿਆ ਕਿ ਹਾਂਜੀ ਫਿਜ਼ੀਕਲ ਟ੍ਰਾਇਲ ਤੁਸੀਂ ਲੈ ਰਹੇ ਹੋ ਉਹਨਾਂ ਦਾ, ਠੀਕ ਹੈ, ਪਰ ਹਾਂ, ਸਾਰਿਆਂ ਨੂੰ ਹੀ ਹੱਕ ਸੀਗਾ ਫਿਜ਼ੀਕਲ ਟ੍ਰਾਇਲ ਦੇਣ ਦਾ। ਅਸੀਂ ਇੰਨਾ ਟਾਈਮ ਤੋਂ ਮਿਹਨਤ ਕਰ ਰਹੇ ਹਾਂ, ਸਾਨੂੰ ਕਿਉਂ ਨਹੀਂ ਬੁਲਾਇਆ ਗਿਆ ਵਿੱਚ? ਸਾਡੇ ਨੰਬਰ ਕਿਉਂ ਨਹੀਂ ਦੱਸੇ ਜਾ ਰਹੇ? ਸਟੇਟ ਦੇ ਬੱਚਿਆਂ ਦੇ ਨਹੀਂ ਹੈਗੇ ਨੰਬਰ, ਸਾਡੇ ਨੰਬਰ ਕਿਸੇ ਦੇ ਵੀ ਨਹੀਂ ਸ਼ੋਅ ਕਰ ਰਹੇ ਹੋ ਤੁਸੀਂ। ਤੁਸੀਂ ਸਾਨੂੰ ਸਾਰਿਆਂ ਦੇ ਨੰਬਰ ਸ਼ੋਅ ਕਰੋ, ਸਾਨੂੰ ਪਤਾ ਲੱਗੇ ਤੁਸੀਂ ਕਿਸ ਬੇਸ ਤੇ ਕਿਸ ਕਿੱਦਾਂ ਮੈਰਿਟ ਬਣਾਈ ਆ। ਜਦੋਂ ਤੁਸੀਂ ਸਾਨੂੰ ਇਹ ਕਿਹਾ ਹੈ ਕਿ ਜਨਰਲ ਵਾਲਿਆਂ ਦੇ 30+ ਨੰਬਰ ਤੇ ਜਿਹੜੇ SC BC ਆ ਉਹ 25% ਵਾਲੇ ਚੱਕੇ ਜਾਣਗੇ, ਫਿਰ ਕਿਉਂ ਇਹਨਾਂ ਨੇ ਇੰਨੀ ਕੱਟ ਆਫ ਵਧਾਈ ਆ, ਇੰਨੀ ਮੈਰਿਟ ਕਿਉਂ ਵਧਾਈ ਗਈ ਆ? ਸਾਡੇ ਫਿਜ਼ੀਕਲ ਟ੍ਰਾਇਲ ਹੋਣ, ਅਸੀਂ ਇਹ ਮੰਗ ਕਰਦੇ ਆ। ਜੇਕਰ ਨਹੀਂ ਫਿਜ਼ੀਕਲ ਟ੍ਰਾਇਲ ਤੁਸੀਂ ਕਰ ਸਕਦੇ, ਫਿਰ ਕਿਸੇ ਦੇ ਵੀ ਨਾ ਕਰੋ। ਸਾਨੂੰ ਇਹੀ ਹੈ ਕਿ ਤੁਸੀਂ ਇਸ ਵਾਰੀ ਸਭ ਤੋਂ ਪਹਿਲਾਂ ਹੁਣ ਰੱਖਿਆ ਤੁਸੀਂ ਐਗਜ਼ਾਮ, ਪਹਿਲਾਂ ਕਦੇ ਨਹੀਂ ਐਗਜ਼ਾਮ ਹੋਇਆ, ਓਪਨ ਚ ਭਰਤੀ ਹੋਈ ਆ, ਇਸ ਵਾਰੀ ਕਿਉਂ ਐਗਜ਼ਾਮ ਰੱਖਿਆ ਗਿਆ? ਇਹੀ ਮੰਗ ਹੈ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ, ਸਾਨੂੰ ਸਾਰਿਆਂ ਦੇ ਨੰਬਰ ਸ਼ੋ ਕੀਤੇ ਜਾਣ, ਸਾਡੇ ਵੀ ਕੀਤੇ ਜਾਣ, ਉਹਨਾਂ ਦੇ ਵੀ ਸ਼ੋ ਕੀਤੇ ਜਾਣ। ਹੁਣ ਇਸ ਗੱਲ ਘਪਲਾ ਹੀ ਲੱਗ ਰਿਹਾ ਸਰ, ਸਾਰਿਆਂ ਦੇ ਮਨ ਚ ਇਹੀ ਆਵਾਜ਼ ਆ ਰਹੀ ਹੈ, ਘਪਲਾ ਹੋ ਰਿਹਾ। ਉਹਨਾਂ ਦੇ ਵੀ ਨਹੀਂ ਆਇਆ ਨਾਮ, ਤੇ ਜਿਨ੍ਹਾਂ ਦੇ 26 ਆ ਉਹ ਵੀ ਬੱਚੇ ਕਮੈਂਟ ਕਰਦੇ ਪਏ ਆ ਕਿ ਸਾਡਾ ਨਾਮ ਆ ਗਿਆ ਹੈ। ਸਾਨੂੰ ਨਹੀਂ ਪਤਾ ਹੈ ਕਿ ਕਈਆਂ ਦੇ ਬੱਚਿਆਂ ਦੇ ਨੰਬਰ ਘਟੇ ਆ, ਕਈਆਂ ਦੇ ਵਧੇ ਆ, ਸਾਨੂੰ ਨਹੀਂ ਪਤਾ ਸਾਡੀ ਫਾਈਨਲ ਆਨਸਰ ਕੀ ਹੈ, ਕੀ ਆ ਸਾਡਾ ਰਿਜ਼ਲਟ, ਕੀ ਬਣਿਆ। ਅਸੀਂ ਇਹੀ ਅਪੀਲ ਕਰਦੇ ਕਿ ਸਾਰੇ ਬੱਚਿਆਂ ਦਾ ਟ੍ਰਾਇਲ ਹੋਵੇ, ਫਿਜ਼ੀਕਲ ਦੇ ਬੇਸ ਤੇ ਹੀ ਰੱਖੇ ਜਾਣ ਬੱਚੇ। ਫਿਜ਼ੀਕਲ ਜ਼ਰੂਰੀ ਆ, ਜਦੋਂ ਉਹਨਾਂ ਨੇ ਕੰਪਲਸਰੀ ਕਿਹਾ, ਫਿਰ ਕਿਉਂ ਨਹੀਂ ਬੱਚਿਆਂ ਨੂੰ ਫਿਜ਼ੀਕਲ ਬੁਲਾ ਰਹੇ ਹੋ? ਸਾਨੂੰ ਨਹੀਂ ਪਤਾ ਵੀ ਅੱਗੇ ਕਿਉਂ ਕਰ ਰਹੇ ਆ, ਕਿਉਂਕਿ ਕੋਂਸਟੇਬਲ ਦੇ ਵਿੱਚ ਕਦੀ ਵੀ ਨਹੀਂ ਐਗਜ਼ਾਮ ਹੋਇਆ, ਇਸ ਵਾਰੀ ਉਹਨਾਂ ਨੇ ਕਿਉਂ ਐਗਜ਼ਾਮ ਰੱਖਿਆ? ਪਰ ਦੇਖੋ, ਜਿਨ੍ਹਾਂ ਦੇ 70+ ਮਾਰਕਸ ਵੀ ਆ ਉਹਨਾਂ ਨੂੰ ਵੀ ਟ੍ਰਾਇਲ ਲਈ ਬੁਲਾਇਆ ਨਹੀਂ ਹੈਗਾ, ਤੇ ਜਿਨ੍ਹਾਂ ਦੇ 30+ ਮਾਰਕਸ ਆ ਕਈਆਂ ਨੂੰ ਉਹਨਾਂ ਦੇ ਵੀ ਨਾਮ ਦਿੱਤੇ ਆ। ਸਰ, ਇਹ ਤਾਂ ਬੇਇਨਸਾਫੀ ਆ ਸਾਡੇ ਨਾਲ। ਅਸੀਂ ਇੰਟੈਲੀਜੈਂਸ ਦਾ ਹੀ ਭਰਿਆ ਹੋਇਆ ਸੀਗਾ ਸਰ, ਉਹ ਕੈਂਸਲ ਹੋ ਗਿਆ ਪੇਪਰ, ਤੇ ਸਿਰਫ ਇੱਕ ਲਾਸਟ ਇਹੀ ਬਚਿਆ ਸੀਗਾ ਕੋਂਸਟੇਬਲ ਦਾ। ਸਰ, ਸਾਡਾ ਤਾਂ ਲਾਸਟ ਚਾਂਸ ਆ, ਸਿਰਫ ਮੇਰੀ ਏਜ ਦਾ ਲਾਸਟ ਚਾਂਸ ਆ, ਅੱਗੇ ਤਾਂ ਹੋਰ ਕੋਈ ਮੇਰੇ ਕੋਲ ਆਪਸ਼ਨ ਨਹੀਂ ਹੈਗੀ, ਨਾ ਕੋਈ ਅੱਗੇ ਮੌਕਾ ਮਿਲਣਾ ਹੈ। ਨੀਤੀ ਵੱਲ ਲਿਖੇ ਹੋਏ ਆ, ਫਿਰ ਇਹਨਾਂ ਨੇ ਕਿਉਂ ਨਹੀਂ ਇੱਦਾਂ ਕੀਤਾ ਹੈਗਾ? ਸਾਡੇ ਸਕੂਲ ਤੋਂ ਵੀ ਵੱਬ ਆਏ ਆ, ਮਤਲਬ ਸਾਡੇ ਨਾਲ ਬੇਇਨਸਾਫੀ ਆ। ਅਸੀਂ ਇਹੀ ਕਹਿ ਰਹੇ ਹਾਂ ਕਿ ਉਹਨਾਂ ਨੂੰ ਫਿਜ਼ੀਕਲ ਲੈਣਾ ਚਾਹੀਦਾ। ਅਸੀਂ ਕੋਈ ਭੀਕ ਥੋੜੀ ਨਾ ਮੰਗਦੇ, ਅਸੀਂ ਸਾਨੂੰ ਸਾਡਾ ਹੱਕ ਚਾਹੀਦਾ, ਅਸੀਂ ਆਪਣਾ ਫਿਊਚਰ ਇੱਥੇ ਹੀ ਦੇਖਣਾ ਹੈ, ਸਾਡਾ ਸਾਨੂੰ ਫਿਊਚਰ ਕਿਉਂ ਨਹੀਂ ਦੇ ਰਹੇ ਹੋ ਤੁਸੀਂ? ਸਾਡੀ ਗਵਰਨਮੈਂਟ ਨੂੰ ਇਹੀ ਅਪੀਲ ਹੈ ਕਿ ਸਾਨੂੰ ਪਲੀਜ਼ ਸਾਡਾ ਫਿਊਚਰ ਦਿੱਤਾ ਜਾਵੇ। ਬੱਚਿਆਂ ਦੀ ਏਜ ਲਿਮਿਟ ਹੈ, ਉਹਨਾਂ ਨੇ ਕਦੋਂ ਜੋਬ ਕਰਨੀ ਆ, ਕੀ ਉਹਨਾਂ ਦਾ ਫਿਊਚਰ ਹੋਊਗਾ? ਅੱਗੇ ਜਨਰੇਸ਼ਨ ਨੂੰ ਤੁਸੀਂ ਕੀ, ਯੂਥ ਨੂੰ ਤੁਸੀਂ ਫਿਰ ਕਹਿ ਰਹੇ ਹੋ ਕਿ ਯੂਥ ਆਪਣਾ ਦੇਸ਼ ਛੱਡ ਕੇ ਬਾਹਰ ਜਾ ਰਹੀ ਹੈ, ਫਿਰ ਯੂਥ ਕਰੂਗੀ ਕੀ? ਬਾਹਰ ਹੀ ਜਾਊਗੀ ਜਦੋਂ ਇੰਡੀਆ ਦੇ ਵਿੱਚ ਕੋਈ ਫਿਊਚਰ ਨਹੀਂ ਬਣ ਰਿਹਾ। ਮੈਂ ਅਪੀਲ ਕਰਦੀ ਹਾਂ ਸਾਰੇ ਕੈਂਡੀਡੇਟਸ ਨੂੰ, ਜਿਨ੍ਹਾਂ ਨੇ ਵੀ ਆਪਣਾ ਐਗਜ਼ਾਮ ਵਗੈਰਾ ਭਰੇ ਹੋਏ ਸੀਗੇ, ਕਿ ਤੁਸੀਂ ਹਾਂਜੀ ਇੱਥੇ ਗਰਾਊਂਡ ਦੇ ਵਿੱਚ ਕੱਲ ਆਓ, ਆ ਕੇ ਤੁਸੀਂ ਆਪਣੇ ਸਾਰੇ ਮੈਂਬਰਸ ਨੂੰ ਮਿਲੋ, ਆਪਣੇ ਬਾਰੇ ਦੱਸੋ ਕਿ ਸਾਡਾ ਵੀ ਟ੍ਰਾਇਲ ਨਹੀਂ ਹੋ ਰਿਹਾ, ਸਾਡੇ ਨਾਲ ਵੀ ਧੱਕਾ ਹੋ ਰਿਹਾ ਹੈ। ਪਲੀਜ਼ ਤੁਹਾਡੇ ਅੱਗੇ ਬੇਨਤੀ ਕੀਤੀ ਜਾਂਦੀ ਹੈ, ਤੁਸੀਂ ਆਓਗੇ ਤਾਂ ਹੀ ਸੰਘਰਸ਼ ਹੋਣਾ ਹੈ। ਜੇਕਰ ਤੁਸੀਂ ਸਾਡੇ ਨਾਲ ਸਹਿਮਤ ਹੋ ਤਾਂ ਪਲੀਜ਼ ਵੱਧ ਤੋਂ ਵੱਧ ਆਓ ਇੱਥੇ, ਆਪਣੀ ਗੱਲ ਤੁਸੀਂ ਆ ਕੇ ਰੱਖੋ ਕਿ ਸਾਡੇ ਨਾਲ ਧੱਕਾ ਹੋ ਰਿਹਾ, ਕਿ ਸਾਡਾ ਫਿਜ਼ੀਕਲ ਟ੍ਰਾਇਲ ਨਹੀਂ ਹੋ ਰਿਹਾ। ਪਲੀਜ਼ ਅਪੀਲ ਕੀਤੀ ਸਰ, ਪਲੀਜ਼ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਇਹ ਆ ਕਿ ਜਿਨ੍ਹਾਂ ਨੇ ਵੀ ਆਪਣੇ ਫਾਰਮ ਵਗੈਰਾ ਫਿਲ ਕੀਤੇ ਸੀ ਉਹਨਾਂ ਦਾ ਨਾਮ ਨਹੀਂ ਆਇਆ, ਪਲੀਜ਼ ਸਾਡੀ ਹੈਲਪ ਕਰੋ, ਸਾਡੇ ਨਾਲ ਆ ਕੇ ਖੜੋ, ਇਹਦੇ ਵਿੱਚ ਤੁਹਾਡਾ ਵੀ ਫਾਇਦਾ ਹੀ ਆ। ਅਸੀਂ ਇਹੀ ਚਾਹੁੰਦੇ ਹਾਂ ਕਿ ਸਾਡੇ ਪਹਿਲਾਂ ਸਾਰੇ ਮੈਂਬਰਸ ਇਕੱਠੇ ਹੋਣ, ਫਿਰ ਅਸੀਂ ਸਾਰੇ ਮਿਲ ਕੇ ਸਲਾਹ ਕਰਦੇ ਹਾਂ ਵੀ ਅੱਗੇ ਕੀ ਕੀਤਾ ਜਾਵੇ। 3 ਵਜੇ ਸ਼ਾਮ ਗਰਾਊਂਡ ITI ਪਹੁੰਚੋ ਤੇ ਅਸੀਂ ਸਾਰੇ ਫਿਰ ਸਲਾਹ ਕਰਕੇ ਦੇਖਦੇ ਹਾਂ ਕਿ ਮੰਗ ਪੱਤਰ ਦੇਣਾ, ਕੀ ਧਰਨਾ ਲਗਾਉਣਾ।